अज पंजाब दे विच कांग्रेस पार्टी के सर्वे हो रहे सारिया पार्टियां के सर्वे हो रहे मैक्सीमम चैनल जिहड़े आ कांग्रेस नूं 65 तो 70 कोई 70 तो 75 सीटां दे रहा ਤੁਹਾਡੀ ਸਰਕਾਰ ਜਿਹੜੀ ਉਹ ਰਿਪੀਟ ਹੁੰਦੀ ਨਜ਼ਰ ਆ ਰਹੀ ਹੈ ਜੇਕਰ ਕੈਪਟਨ ਸਾਹਿਬ ਰਹਿੰਦੇ ਤਾਂ ਮੇਰੇ ਖਿਆਲ ਸਾਨੂੰ ਪਿੰਡਾਂ 'ਚ ਨਹੀਂ ਕਿਸੇ ਨੇ ਮੰਨਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਵਿੱਚ ਕਾਂਗਰਸ ਪਾਰਟੀ ਵੱਲੋਂ ਮਨਦੀਪ ਸਿੰਘ ਰੰਗੜਨੰਗਲ ਦਾ ਨਾਮ ਐਲਾਨੇ ਜਾਣ ਤੋਂ ਬਾਅਦ ਲੋਕਾਂ ਵਿੱਚ ਕਾਫੀ ਜੋਸ਼ ਪਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਵੱਖ-ਵੱਖ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਪਾਰਟੀ ਨੂੰ ਕਾਫੀ ਮਜ਼ਬੂਤੀ ਮਿਲੀ ਹੈ ਲੋਕਾਂ ਦੇ ਭਰਵੇਂ ਇਕੱਠ ਨੂੰ ਵੇਖ ਕੇ ਹੁਣ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਵਿੱਚ ਕਾਫੀ ਬਗਲਾਹਟ ਪਾਈ ਜਾ ਰਹੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਹਰਗੋਬਿੰਦਪੁਰ ਪਿੰਡ ਮਠੋਲਾ ਵਿਖੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮਨਦੀਪ ਸਿੰਘ ਰੰਗੜਨੰਗਲ ਨੇ ਕਿਹਾ ਕਿ ਸ਼੍ਰੀ ਹਰਗੋਬਿੰਦਪੁਰ ਦੇ ਰਹਿੰਦੇ ਵਿਕਾਸ ਕਾਰਜਾਂ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਬਿਊਰੋ ਰਿਪੋਰਟ ਫਾਈਨਲ ਸਟੈਪ ਨਿਊਜ਼ ਅੱਜ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਸਰਵੇ ਹੋ ਰਹੇ ਆ ਸਾਰੀਆਂ ਪਾਰਟੀਆਂ ਦੇ ਸਰਵੇ ਹੋ ਰਹੇ ਮੈਕਸੀਮਮ ਚੈਨਲ ਜਿਹੜੇ ਆ ਕਾਂਗਰਸ ਨੂੰ 65 ਤੋਂ 70 ਕੋਈ 70 ਤੋਂ 75 ਸੀਟਾਂ ਦੇ ਰਿਹਾ ਤੁਹਾਡੀ ਸਰਕਾਰ ਜਿਹੜੀ ਉਹ ਰਿਪੀਟ ਹੁੰਦੀ ਨਜ਼ਰ ਆ ਰਹੀ ਹੈ ਉਹਦਾ ਕਾਰਨ ਕੀ ਹੈ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜੇ 3-3.5 ਮਹੀਨੇ ਪਹਿਲਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਬਣੇ ਇੱਕ ਗਰੀਬ ਪਰਿਵਾਰ 'ਚੋਂ ਸਰਦਾਰ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਦੀ ਸਮੁੱਚੀ ਕੈਬਨਿਟ ਡਿਪਟੀ CM ਸਾਹਿਬ ਸਾਰਿਆਂ ਨੇ ਮਿਹਨਤ ਕੀਤੀ ਤੁਹਾਡੇ ਲਈ 3 ਮਹੀਨੇ ਅਤੇ ਸਾਨੂੰ ਅੱਜ ਪਿੰਡਾਂ 'ਚ ਖਲੋਣ ਜੋਗੇ ਕਰਤਾ ਅਤੇ ਜੇਕਰ ਕੈਪਟਨ ਸਾਹਿਬ ਰਹਿੰਦੇ ਤਾਂ ਮੇਰੇ ਖਿਆਲ ਸਾਨੂੰ ਪਿੰਡਾਂ 'ਚ ਨਹੀਂ ਕਿਸੇ ਨੇ ਮੰਨ ਦੇਣਾ ਲੱਗਦਾ ਕਿ ਮੜ ਸਾਹਿਬ ਦਾ ਲੋਕਾਂ ਦੇ ਵਿੱਚ ਬੜਾ ਸਤਿਕਾਰ ਹੈ ਅਤੇ ਬੜਾ ਪਿਆਰ ਹੈ ਉਹ ਤੁਸੀਂ ਜਾਣਦੇ ਹੋ ਕਿ ਇਹ ਕੋਈ ਮਿਹਨਤ ਕਰਦੇ ਹੋਣਗੇ ਜਾਂ ਤੁਹਾਡੇ ਨਾਲ ਪਿਆਰ ਕਰਦੇ ਹੋਣਗੇ ਅਤੇ ਤਾਂ ਇਸੇ ਤਰ੍ਹਾਂ ਮਨਦੀਪ ਸਿੰਘ ਨੂੰ ਜਿਵੇਂ ਸ਼ਾਹ ਜੀ ਦੱਸ ਕੇ ਗਏ ਨੇ ਤੁਸੀਂ ਘੱਟ ਜਾਣਦੇ ਹੋ ਅਸੀਂ ਜਾਣਦੇ ਵੱਧ ਕਿਉਂ ਮੇਰੀ ਇਸ ਵੇਲੇ 4ਵੀਂ ਟਰਮ ਹੈ ਰੈਗੂਲਰ ਸਰਪੰਚ ਜਾਦੋਵਾਲੀ ਤੋਂ 3 ਟਰਮਾਂ ਮੈਂ ਇਲੈਕਸ਼ਨ ਲੜੀ ਹੈ 4ਵੀਂ ਵਾਰੀ ਹੁਣ ਐਸੀ ਵਾਰੀ ਸਰਬਸੰਮਤੀ ਨਾਲ ਹੀ ਮੈਂ ਛੱਡ ਬੈਠਾ ਸੀ ਪਰ ਉਹਨਾਂ ਸਰਬਸੰਮਤੀ ਨਾਲ ਬਣਾਇਆ ਪਿੰਡ ਵਾਲੇ ਮੈਂ ਮਨਦੀਪ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਸਾਡਾ ਬੱਚਾ ਸਾਡੇ ਹੱਥਾਂ ਵਿੱਚ ਪਲਿਆ ਪਹਿਲੀ ਸਰਪੰਚੀ ਵੀ ਸਾਡੇ ਨਾਲ ਹੀ ਇਹਨੇ ਲੜੀ ਆ ਬਹੁਤ ਵਧੀਆ ਇਨਸਾਨ ਹੈ ਔਰ ਕੰਮ ਕਰਨ ਵਾਲਾ ਮਿਹਨਤੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਵਣ ਸਿੰਘ ਕੁਮਾਰ ਤੁਸੀਂ ਦੇਖ ਰਹੇ ਹੋ ਫਾਈਨਲ ਸਟੈਪ ਨਿਊਜ਼ ਰੋਜ਼ਾਨਾ ਦੀ ਤਰ੍ਹਾਂ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਚੋਣ ਦੰਗਲ ਅੱਜ ਸਾਡੇ ਨਾਲ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਜੀ ਰੰਗੜਨੰਗਲ ਸਾਡੇ ਨਾਲ ਨੇ ਆਪਾਂ ਉਹਨਾਂ ਕੋਲ ਜਾਣਾਂਗੇ ਮਨਦੀਪ ਸਿੰਘ ਜੀ ਜਿਸ ਤਰੀਕੇ ਦੇ ਨਾਲ ਪਹਿਲਾਂ ਦੇਖਿਆ ਗਿਆ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਦੇਸ਼ ਰਾਜ ਢੋਗਾ ਨੇ ਕੁਝ ਇਹੋ ਜਿਹੇ ਕੰਮ ਕੀਤੇ ਕਿ ਜਿਸ ਦਾ ਕਰਕੇ ਪੂਰੇ ਦਾ ਪੂਰਾ ਉਹਦਾ ਸਫਾਇਆ ਹੋ ਗਿਆ ਔਰ ਕਾਂਗਰਸ ਪਾਰਟੀ ਆਈ ਹੁਣ ਬਿਲਕੁਲ ਤੁਸੀਂ ਨੌਜਵਾਨ ਅਤੇ ਬੇਦਾਗ ਚਿਹਰਾ ਜੇ ਤੁਹਾਨੂੰ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਕਿਸ ਤਰ੍ਹਾਂ ਦਾ ਸਤਿਕਾਰ ਮਿਲ ਲਿਆ ਵਾ ਹੁਣ ਲੋਕਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਕਿ ਕਾਂਗਰਸ ਦੇ ਵਿੱਚ ਨਵੇਂ ਤਰੀਕੇ ਨਾਲ ਕੋਈ ਰੂਪ ਵੀ ਜਾ ਰਹੀ ਮੈਂ ਮੈਨੂੰ ਹਲਕਾ ਸ਼੍ਰੀ ਹਰਗੋਬਿੰਦਪੁਰ ਤੱਕ ਬਹੁਤ ਹੀ ਪਿਆਰ ਮਿਲ ਰਿਹਾ ਮੈਂ ਹਲਕੇ ਦੇ ਜਿੰਨਾ ਪਿੰਡਾਂ ਦੇ ਵਿੱਚ ਜਾਣਾ ਵਾ ਮੇਰਾ ਲੋਕ ਨਾਲ ਬਹੁਤ ਦਿਲੋਂ ਦਿਲ ਪਿਆਰ ਵਧੀ ਜਾ ਰਿਹਾ ਵਾ ਇਹਨਾਂ ਦੇ ਪਿਆਰ ਸਦਕਾ ਹੀ ਕਾਂਗਰਸ ਹਾਈ ਕਮਾਂਡ ਨੇ ਕਿਸੇ ਦੇ ਹਲ ਕਰ ਲਿਆ ਜਿਸ ਤਰੀਕੇ ਦੇ ਨਾਲ ਬਲਵਿੰਦਰ ਸਿੰਘ ਲਾਡੀ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਜਿਹੜੇ MLA ਨੇ ਉਹਨਾਂ ਨੂੰ ਪਾਰਟੀ ਨੇ ਟਿਕਟ ਤੋਂ ਲਾਂਭੇ ਕਰਕੇ ਤੁਹਾਡੇ 'ਤੇ ਭਰੋਸਾ ਜਿੱਤਿਆ ਅਤੇ ਜਿਹੜੇ ਲੋਕਾਂ ਵਿੱਚ ਨਿਰਾਸ਼ਾ ਸੀ ਕੀ ਹੁਣ ਸਮਝਦੇ ਹੋ ਵੀ ਉਹ ਲੋਕਾਂ ਨੂੰ ਕਿੰਨੀ ਕੁ ਉਮੀਦ ਹੋਏਗੀ ਤੁਹਾਡੇ ਤੋਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਵੀ ਮੈਂ ਲੋਕਾਂ ਦੀਆਂ ਜਿਹੜੀਆਂ ਮੁੱਖ ਭਾਵਨਾ ਉਹਨਾਂ ਨੂੰ ਮੁੱਖ ਰੱਖਦੇ ਹੋਇਆ ਉਹਨਾਂ ਦੀਆਂ ਉਮੀਦਾਂ ਤਾਂ ਖਰਾਬ ਹੋਊਂਗਾ ਜਿਹੜੇ ਹਲਕੇ ਦੇ ਵਿਕਾਸ ਦੀ ਗੱਲ ਕਰਦੇ ਜਿੱਦਾਂ ਹੈਲਥ ਡਿਪਾਰਟਮੈਂਟ ਐਜੂਕੇਸ਼ਨ ਇਹਨਾਂ ਚੀਜ਼ਾਂ ਨੂੰ ਪਹਿਲਾਂ ਪਹਿਲ ਦਿਵਾਉਂਗਾ ਕਿਉਂਕਿ ਅੱਜ ਕੱਲ੍ਹ ਰੋਜ਼ਗਾਰ ਪਹਿਲਾਂ ਜ਼ਰੂਰੀ ਚਾਹੀਦਾ ਵਾ ਅੱਜ ਕੱਲ੍ਹ ਦੀ ਜਿਹੜੀ ਨਵੀਂ ਯੂਥ ਆ ਇਹ ਬਾਹਰ ਜਾ ਰਹੀ ਹੈ ਜੇ ਇੱਥੇ ਆਪਣਾ ਰੋਜ਼ਗਾਰ ਮਿਲ ਗਏ ਤਾਂ ਜਿਹੜੀ ਯੂਥ ਬਾਹਰ ਜਿਸ ਤਰ੍ਹਾਂ ਪਹਿਲੇ MLA ਸੀ ਉਹ ਜਾ ਕੇ ਅਤੇ ਪਹਿਲਾਂ ਫੋਨ ਕਰੋ ਥਾਣਿਆਂ ਦੇ ਵਿੱਚ ਜਿਹੜਾ ਵਾ ਉਹ ਲੋਕਾਂ ਨੂੰ ਖੱਜਲ ਖਰਾਬ ਹੋਣਾ ਪੈਂਦਾ ਸੀ ਜਦੋਂ ਤੁਸੀਂ MLA ਬਣੋਗੇ ਤਾਂ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਰਵੱਈਆ ਦੇਖੋ ਜੀ ਮੈਂ ਤਾਂ ਪਹਿਲੀ ਗੱਲ ਜੇ ਪਰਮਾਤਮਾ ਅਤੇ ਮੇਰੇ 'ਤੇ ਕਿਰਪਾ ਕਰਦਾ ਉਹ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਵਰਕਰ ਮੇਰੇ 'ਤੇ ਕਿਰਪਾ ਕਰਦੇ ਨੇ ਹਲਕਾ ਸ਼੍ਰੀ ਹਰਗੋਬਿੰਦਪੁਰ ਆਪਣੇ ਆਪ ਨੂੰ ਹਰ ਵਰਕਰ ਹੀ MLA ਸਮਝੂਗਾ ਹਰ ਦਫ਼ਤਰਾਂ ਦੇ ਵਿੱਚ ਲੋਕਾਂ ਨੂੰ ਮਹਿਸੂਸ ਕੰਮ ਉਹਨਾਂ ਦੇ ਹੋਣਗੇ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਵਾਕਿਆ ਹਲਕਾ ਸ਼੍ਰੀ ਹਰਗੋਬਿੰਦਪੁਰ ਦੀ ਬਦਲਾਅ ਆਇਆ ਇਹ ਸਨ
कांग्रेस पार्टी के हल्का श्री हरगोबिंदपुर के उम्मीदवार मनदीप सिंह जी रंगड़ नंगल